ਇਹ ਬਹੁਤ ਇਸ ਇਲਾਕੇ ਦੇ ਵਿੱਚ ਇੱਕ ਤਾਂ ਜਿਹੜਾ ਹੈਗਾ ਪਾਣੀ ਖੜੇ ਹੋਣ ਦੇ ਨਾਲ ਪੱਠੇ ਸਾਰਿਆਂ ਦੇ ਖਤਮ ਹੋ ਗਏ, ਦੂਸਰਾ ਜਿਹੜਾ ਹੈਗਾ ਚਲੋ ਜਿਹਨੇ ਝੋਨਾ ਮਰ ਗਿਆ ਜਾਂ ਜਿਨ੍ਹਾਂ ਦੇ ਨਰਮੇ ਸੀ ਉਹਨਾਂ ਦੇ ਨਰਮੇ ਬਹਿ ਗਏ ਉਹਨਾਂ ਦੀ ਜਗ੍ਹਾ ਉਹ ਇਹਨਾਂ ਦੀ ਡਿਮਾਂਡ ਆ ਕਿ ਆਪਾਂ ਪਨੀਰੀ ਸਾਨੂੰ ਮਿਲ ਜਾਏ। ਆ ਜਿਹੜੇ ਸਾਡੇ ਵੀਰ ਬੈਠੇ ਬਾਹਰ ਵੀ ਕਿ ਆਪਾਂ ਜਿੰਨਾ ਚਿਰ ਇਸ ਇਲਾਕੇ ਦੇ ਵਿੱਚ ਪੱਠੇ ਇਹਨਾਂ ਦੇ ਆਪਣੇ ਨਹੀਂ ਹੁੰਦੇ, ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਸਾਰੇ ਰਲ ਕੇ ਇਹਨਾਂ ਦੀ ਮਦਦ ਕਰੀਏ। ਕਿਉਂਕਿ ਜਦੋਂ ਕੋਈ ਘਰੋਂ ਬੇਘਰ ਹੋ ਜਾਂਦਾ ਜਿਹੜਾ ਜਿਹਦੇ ਖੇਤਾਂ ਦੇ ਵਿੱਚ ਇਸ ਤਰ੍ਹਾਂ ਪਾਣੀ ਆ ਜਿਹਨੂੰ ਝਾਕ ਨਹੀਂ ਰਹਿ ਜਾਂਦੀ ਵੀ ਅਗਲੀ ਫਸਲ ਆਉਣੀ ਆ, ਉਹ ਬੜੀ ਨਿਰਾਸ਼ਤਾ ਦੇ ਆਲਮ ਵਿੱਚ ਹੁੰਦਾ। ਅਸੀਂ ਪਿੰਡ ਤਰਖਾਣ ਵਾਲੇ ਦੇ ਨੇੜੇ ਖੜ੍ਹੇ ਹਾਂ, ਖੇਤਾਂ ਦੀ ਡਰੇਨ ਭਰੀ ਨਿਕਲ ਰਹੀ ਆ। ਤੁਸੀਂ ਬੇਨਤੀ ਕਰਾਂਗੇ ਸਾਰੇ ਇਲਾਕਾ ਨਿਵਾਸੀਆਂ ਨੂੰ ਕਿ ਇਹ ਬਹੁਤ ਇਸ ਇਲਾਕੇ ਦੇ ਵਿੱਚ ਇੱਕ ਤਾਂ ਜਿਹੜਾ ਹੈਗਾ ਪਾਣੀ ਖੜ੍ਹੇ ਹੋਣ ਦੇ ਨਾਲ ਪੱਠੇ ਸਾਰਿਆਂ ਦੇ ਖਤਮ ਹੋ ਗਏ, ਦੂਸਰਾ ਜਿਹੜਾ ਹੈਗਾ ਚਲੋ ਜਿਹਨੇ ਝੋਨਾ ਮਰ ਗਿਆ ਜਾਂ ਜਿਨ੍ਹਾਂ ਦੇ ਨਰਮੇ ਸੀ ਉਹਨਾਂ ਦੇ ਨਰਮੇ ਬਹਿ ਗਏ ਉਹਨਾਂ ਦੀ ਜਗ੍ਹਾ ਉਹ ਇਹਨਾਂ ਦੀ ਡਿਮਾਂਡ ਆ ਕਿ ਆਪਾਂ ਪਨੀਰੀ ਸਾਨੂੰ ਮਿਲ ਜਾਏ ਉਸ ਏਰੀਏ ਦੇ ਵਿੱਚ ਲੱਗ ਜਾਏ ਕਿ ਤਾਂ ਹੀ 10-15 ਦਿਨਾਂ ਜਿੱਦਣ ਪਾਣੀ ਸੁੱਕਦਾ ਅਸੀਂ ਲਾ ਲਈਏ। ਦੂਸਰਾ ਅਸੀਂ ਬੇਨਤੀ ਕਰਾਂਗੇ ਇਲਾਕਾ ਨਿਵਾਸੀਆਂ ਨੂੰ ਜਿਹੜੇ ਸਾਡੇ ਵੀਰ ਬੈਠੇ ਬਾਹਰ ਵੀ ਕਿ ਆਪਾਂ ਜਿੰਨਾ ਚਿਰ ਇਸ ਇਲਾਕੇ ਦੇ ਵਿੱਚ ਪੱਠੇ ਇਹਨਾਂ ਦੇ ਆਪਣੇ ਨਹੀਂ ਹੁੰਦੇ, ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਸਾਰੇ ਰਲ ਕੇ ਇਹਨਾਂ ਦੀ ਮਦਦ ਕਰੀਏ। ਉਹ ਕਿੰਨੀ ਕੁ ਕਰ ਸਕਦੇ ਹਾਂ ਸਾਨੂੰ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ ਤਾਂ ਕਿ ਜਿਹੜਾ ਹੈਗਾ ਕਿਸੇ ਦੀ ਪੀੜਾ, ਕਿਉਂਕਿ ਜਦੋਂ ਕੋਈ ਘਰੋਂ ਬੇਘਰ ਹੋ ਜਾਂਦਾ ਜਿਹੜਾ ਜਿਹਦੇ ਖੇਤਾਂ ਦੇ ਵਿੱਚ ਇਸ ਤਰ੍ਹਾਂ ਪਾਣੀ ਆ ਜਿਹਨੂੰ ਝਾਕ ਨਹੀਂ ਰਹਿ ਜਾਂਦੀ ਵੀ ਅਗਲੀ ਫਸਲ ਆਉਣੀ ਆ, ਉਹ ਬੜੀ ਨਿਰਾਸ਼ਤਾ ਦੇ ਆਲਮ ਵਿੱਚ ਹੁੰਦਾ। ਅਸੀਂ ਆਪਾਂ ਬੇਨਤੀ ਕਰਾਂਗੇ ਕਿ ਆਪਾਂ ਇਹਨਾਂ ਸਾਰਿਆਂ ਦਾ ਸਾਥ ਦੇਣਾ, ਜੋ ਆਪਾਂ ਸੇਵਾ ਕਰ ਸਕਦੇ ਹਾਂ ਉਹ ਸਾਰਿਆਂ ਨੇ ਸੇਵਾ ਕਰਨੀ ਹੈ। ਸਾਡੀ ਸਾਰਿਆਂ ਨੂੰ ਰਿਕੁਐਸਟ ਆ, ਬੇਨਤੀ ਹੈ, ਬਹੁਤ ਅੱਗੇ ਵੀ ਤੁਸੀਂ ਤਿੰਨ ਦੁਖੀਆਂ ਦੇ ਸਹਾਇਤਾ ਕੀਤੀ ਹੈ ਅਤੇ ਸਾਨੂੰ ਆਸ ਆ ਕਿ ਤੁਸੀਂ ਇਹ ਸਾਰੇ ਇਲਾਕੇ ਦੀ ਸੇਵਾ ਵਿੱਚ ਜ਼ਰੂਰ ਹਿੱਸਾ ਪਾਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।